प्रीत करियक तिडाऊ हक डाली देखाई कसमे भावे उही चंगा जे करे खुदाई खुदाई खंभ विकांदले जेल किन्ना सामी तोल तन जड़ाई आप लहा सु सजन टोल सजन सचा पातशाह सिरशाह दशाध जिस पास बैठिया सूही है सबना दावे साध सजन सचा पातशाह सिरशाह दशाध जिस पास बैठिया सूही है सबना दावे जुग जुग टल चवर शतर तखत के मालिक बाबियां दे बाबे गुरुआं दे गुरु पीरां दे पीर रहबरां दे रहबर सतगुरु श्री गुरु ग्रंथ साहिब जी महाराज जी दी पावन पवित्र बारगाह दे अंदर जुड़ बैठे गुरसिख प्यार वाले वड भागे हो धन भाग ने उन्हां रूहां दे जो अमृत वेले 3 बजे तो सतगुरां दे पावन पवित्र चरणां दे विच बैठ करके अमृत वेले दीआं बाणीआं श्री सुखमनी साहिब जी दे जाप संगति रूप दे विच सतगुरां दे दर दे उत्ते हाजरियां भर रहिंदे हो। सतगुरु गुरु अर्जन देव जी महाराज जी का अज पावन पवित्र प्रकाश दिहाड़ा आप बड़े श्रद्धा भावना के नाल मनाते पे हो। सतगुरों के पावन पवित्र जीवन के विचों कुछ घटनावां आप जी के नाल सांझ पाउण तों पहला सतगुरों के चरणों के विच हाजरी लवाउंदियां होईआं गुरफते प्रवान करना करो जी वाहिगुरु जी का खालसा वाहिगुरु जी की फतेह। धन साहिब श्री गुरु अर्जन देव जी महाराज जी का अज समूह नानक नाम लेवा गुरसिख बड़ी श्रद्धा भावना के नाल प्रकाश दिहाड़ा मनाते पे ने। धन गुरु अर्जन देव जी महाराज जी के जन्म तो पहला की जेकर गल करते हाँ तो उन्होंने माता पिता धन धन साहिब श्री गुरु रामदास जी महाराज जी उन्होंने पिता जी ने ते बीबी भानी जी उन्होंने माता जी ने। धन गुरु रामदास जी महाराज जी जिन्हां दे 7 साल दे विच माता पिता चढ़ाई कर गए सन अकाल चलाना कर गए सन गुरदेव पातशाह ने गोइंदवाल की धरती दे उत्ते भाई जेठे दे रूप दे अंदर बड़ी सेवा घालना घाली। सतगुरु गुरु अमरदास जी महाराज जी इन्ने त्रुठे कि उन्होंने अपनी धी बीबी भानी का विआह भाई जेठे दे नाल कर देना कीता। सेवा भावना इन्नी जीवन दे विच कीती आम तौर दे उत्ते जदों इतिहास दे वल झात मारदे हां कि जिस समय माता पिता अकाल चलाना कीते तन दे उत्ते पाउण नूं कोई कपड़ा नहीं सी माता पिता तो बगैर भाई जेठा जी अनाथ हो गए। उन्हां दी नानी
ਬਾਸਰਕੇ ਦੀ ਧਰਤੀ ਦੇ ਉੱਤੇ ਲੈ ਆਈ, ਨਾਨਕੇ ਲੈ ਆਈ। ਅਨਾਥ ਹੋ ਗਏ ਸਨ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਿਆ ਕਰਦੇ ਸਨ, ਤੇ ਉਸੇ ਅਨਾਥ ਦੇ ਉੱਤੇ ਇੰਨੀ ਕਿਰਪਾ ਹੋਈ ਕਿ ਅੱਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਧਰਤੀ, ਹਰਿਮੰਦਰ ਦੀ ਧਰਤੀ ਦੇ ਉੱਤੇ, ਜਿੱਥੇ ਕਦੀ ਤਨ ਦੇ ਉੱਤੇ ਪਾਉਣ ਵਾਸਤੇ ਕੱਪੜੇ ਨਹੀਂ ਸਨ ਭਾਈ ਜੇਠੇ ਦੇ ਕੋਲ, ਤੇ ਨਾ ਭੋਜਨ ਛਕਣ ਨੂੰ ਸੀ, ਅੱਜ ਧੰਨ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ 2.5-3 ਲੱਖ ਦਾ ਰੋਜ਼ਾਨਾ ਰੁਮਾਲਾ ਚੜ੍ਹਦਾ ਹੈ। ਜਿੱਥੇ ਕਦੀ ਭੋਜਨ ਛਕਣ ਨੂੰ ਨਹੀਂ ਸੀ ਤੇ ਘੁੰਗੜੀਆਂ ਵੇਚ ਕੇ ਗੁਜ਼ਾਰਾ ਕਰਿਆ ਕਰਦੇ ਸਨ, ਤੇ ਉੱਥੇ ਅੱਜ ਰੋਜ਼ਾਨਾ 2-2.5 ਲੱਖ ਲੋਕ ਸੰਗਤੀ ਰੂਪ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਦੇ ਨੇ। ਗੁਰਦੇਵ ਪਾਤਸ਼ਾਹ ਨੇ ਆਪਣੇ ਜੀਵਨ ਨੂੰ ਬੜੇ ਸੰਜਮੀ ਜੀਵਨ ਜਿਉਂਦਿਆਂ ਹੋਇਆਂ ਗੋਇੰਦਵਾਲ ਦੀ ਧਰਤੀ ਦੇ ਉੱਤੇ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ। ਗੋਇੰਦਵਾਲ ਦੀ ਧਰਤੀ ਦੇ ਉੱਤੇ ਵਿਆਹੇ ਗਏ। ਵਿਆਹ ਦੇ ਉਪਰੰਤ ਗੁਰਦੇਵ ਪਾਤਸ਼ਾਹ ਦੇ ਘਰ 3 ਸਪੁੱਤਰ ਹੋਏ। ਸਭ ਤੋਂ ਪਹਿਲਾਂ ਬਾਬਾ ਪ੍ਰਿਥਵੀ ਚੰਦ, ਦੂਸਰੇ ਬਾਬਾ ਮਹਾਂਦੇਵ ਜੀ, ਤੇ ਤੀਸਰੇ ਸਾਰਿਆਂ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਬਾਬਾ ਪ੍ਰਿਥਵੀ ਚੰਦ ਦੀ ਜਦੋਂ ਗੱਲ ਕਰਦੇ ਹਾਂ ਤੇ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਪ੍ਰਿਥਵੀ ਚੰਦ ਜੀ ਦੁਨੀਆਦਾਰੀ ਤੌਰ ਦੇ ਉੱਤੇ ਬੜੇ ਸਿਆਣੇ, ਬੜੇ ਸੂਝਵਾਨ, ਬੜੇ ਹੀ ਚਤੁਰ ਸੁਭਾਅ ਵਾਲੇ ਸਨ। ਬਾਬਾ ਮਹਾਂਦੇਵ ਜੀ ਜੋ ਕਿ ਬਿਲਕੁਲ ਸ਼ਾਂਤ ਸੁਭਾਅ, ਪਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਲੀਨ ਰਹਿਣਾ, ਨਾ ਕੋਈ ਦੁਨੀਆਦਾਰੀ ਕਾਰਜ ਦੇ ਵਿੱਚ ਹਿੱਸਾ ਲੈਂਦੇ ਸਨ, ਤੇ ਨਾ ਹੀ ਉਹ ਕਿਸੇ ਹੋਰ ਦੇ ਨਾਲ ਕੋਈ ਬਹੁਤਾ ਬੋਲਦੇ ਚਾਲਦੇ ਸਨ। ਆਮ ਤੌਰ ਦੇ ਉੱਤੇ ਇਤਿਹਾਸਕਾਰਾਂ ਨੇ ਉਹਨਾਂ ਨੂੰ ਰਮਤੇ ਸੁਭਾਅ ਦਾ ਆਖਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਦੋਂ ਗੱਲ ਆਉਂਦੀ ਹੈ ਤੇ ਕੁਝ ਕੁ ਘਟਨਾਵਾਂ ਇਤਿਹਾਸ ਦੀਆਂ ਸਾਹਮਣੇ ਆਉਂਦੀਆਂ ਨੇ ਕਿ ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਤੋਂ ਬਾਅਦ ਸਭ ਤੋਂ ਵੱਧ ਸਨੇਹ ਉਹਨਾਂ ਨੇ ਨਾਨੇ ਦਾ ਲਿਆ, ਕਿਉਂਕਿ ਉਸ ਸਮੇਂ ਨਾਨਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੁਰਗੱਦੀ ਦੇ ਉੱਤੇ ਬਿਰਾਜਮਾਨ ਸਨ, ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਚੱਕ ਰਾਮਦਾਸਪੁਰ ਦੀ ਧਰਤੀ ਦੇ ਉੱਤੇ ਆਪਣਾ ਸਮਾਂ ਗੁਜ਼ਾਰਦੇ ਪਏ ਸਨ। ਤੇ ਉਸ ਭਜਨ ਬੰਦਗੀ ਦੇ ਅੰਦਰ ਦੇਖੋ ਇੱਕ ਬੇਨਤੀ ਹੈ ਕਿ ਜਦੋਂ ਗੋਇੰਦਵਾਲ ਦੀ ਧਰਤੀ ਦੇ ਉੱਤੇ ਜਾਓ ਤਾਂ ਜ਼ਰੂਰ ਇੱਕ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਚੁਬਾਰਾ ਸਾਹਿਬ ਬਣਿਆ ਹੋਇਆ ਹੈ, ਉੱਥੇ ਜ਼ਰੂਰ ਦਰਸ਼ਨ ਕਰਕੇ ਆਇਆ ਕਰੋ। ਬੇਸ਼ੱਕ ਉਹ ਗੋਇੰਦਵਾਲ ਦੀ ਧਰਤੀ ਤੋਂ ਦੇ ਸ਼ਹਿਰ ਦੇ ਵਿੱਚ ਹੀ ਪੈਂਦਾ ਹੈ, ਤੇ ਆਮ ਤੌਰ ਦੇ ਉੱਤੇ ਗੁਰਧਾਮ ਦੇ ਸੇਵਾਦਾਰ ਜ਼ਰੂਰ ਦੱਸਣਗੇ ਕਿ ਜੋ ਚੁਬਾਰਾ ਸਾਹਿਬ ਗੁਰਦੁਆਰੇ ਦੇ ਨਾਲੋਂ, ਬੌਲੀ ਸਾਹਿਬ ਨਾਲੋਂ ਥੋੜ੍ਹਾ ਹਟਵਾਂ ਹੈ। ਉਸ ਚੁਬਾਰਾ ਸਾਹਿਬ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਤੇ ਮਨ ਬੜਾ ਹੈਰਾਨ ਹੁੰਦਾ ਹੈ ਕਿ ਜਿਸ ਸਮੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿਸ ਸਮੇਂ ਗੁਰੂ ਬਣਨ ਤੋਂ ਪਹਿਲਾਂ ਪੰਡਿਤ ਦੇ ਨਾਲ ਵਾਰਤਾਲਾਪ ਹੋਇਆ ਸੀ, ਉਸਨੇ ਆਖਿਆ ਸੀ ਕਿ ਤੁਸੀਂ ਅਜੇ ਗੁਰੂ ਧਾਰਨ ਨਹੀਂ ਕੀਤਾ ਤੇ ਮੈਂ ਤੁਹਾਡੇ ਘਰੋਂ ਪ੍ਰਸ਼ਾਦਾ ਛਕ ਕੇ ਮੇਰੀ ਕੀਤੀ ਹੋਈ ਭਜਨ ਬੰਦਗੀ ਸਾਰੀ ਵਿਅਰਥ ਚਲੀ ਗਈ। ਤੇ ਉਸ ਸਮੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ 2 ਦਿਨ 3 ਰਾਤਾਂ ਰੋਂਦੇ ਰਹੇ। ਅੰਮ੍ਰਿਤ ਵੇਲਾ ਜਦੋਂ ਹੋਇਆ ਤੇ ਉਸ ਸਮੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬੇਟੀ, ਜੋ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੋ ਪੋਤ ਨੂੰ ਸੀ, ਉਹਨੂੰ ਉਹ ਦੁੱਧ ਦੇ ਵਿੱਚ ਮਧਾਣੀ ਪਾ ਕੇ ਜਦੋਂ ਰਿੜਕਣਾ ਸ਼ੁਰੂ ਕੀਤਾ ਤੇ ਨਾਲ ਨਾਲ ਬਾਣੀ ਦੇ ਸ਼ਬਦ ਪੜ੍ਹਦੀ ਪਈ ਸੀ ਕਿ ਜਿੱਤ
ਗੇ ਭਇਆ ਮਨੂਰ ਕੰਚਨ ਫਿਰ ਹੋਆ ਜੇ ਗੁਰ ਮਿਲੇ ਤਨੇਹਾ ਕਿ ਜੇਕਰ ਗੁਰੂ ਪੂਰਾ ਮਿਲ ਜਾਵੇ ਤੇ ਸੜਿਆ ਹੋਇਆ ਲੋਹਾ ਵੀ ਬਿਲਕੁਲ ਸੋਨੇ ਵਰਗਾ ਬਣਾ ਦਿੰਦਾ ਹੈ ਭਾਵ ਕਿ ਕੰਮ ਕਰਨ ਦੇ ਯੋਗ ਬਣ ਜਾਂਦਾ ਹੈ। ਇਹੋ ਜਿਹੀ ਠੋਕਰ ਵੱਜੀ ਮਨ ਦੀ ਅੰਦਰ ਸ਼ਾਂਤੀ ਆਈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਾ ਕੇ ਆਖਿਆ ਕਿ ਧੀਏ ਤੂੰ ਕਿਹਦੀ ਬਾਣੀ ਪੜ੍ਹਦੀ ਪਈ ਹੈ। ਕਹਿਣ ਲੱਗੀ ਕਿ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੀ ਪਈ ਹਾਂ ਜਿਨ੍ਹਾਂ ਦੀ ਗੱਦੀ ਦੇ ਉੱਤੇ ਸਾਡੇ ਪਿਤਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਗੁਰਿਆਈ ਦੇ ਉੱਤੇ ਬੈਠੇ ਨੇ। ਕਹਿਣ ਲੱਗੇ ਮੈਨੂੰ ਲੈ ਚੱਲ। ਉਸ ਜਗ੍ਹਾ ਦੇ ਉੱਤੇ ਵੈਰਾਗ ਪੈਦਾ ਹੋਇਆ, ਉਸੇ ਹੀ ਚੁਬਾਰੇ ਦੀ ਧਰਤੀ ਦੇ ਉੱਤੇ ਮਿਲਾਪ ਕਰਨ ਤੋਂ ਬਾਅਦ ਜਦੋਂ ਗੁਰੂ ਬਣ ਕੇ ਆਏ ਤੇ ਉਸੇ ਧਰਤੀ ਦੇ ਉੱਤੇ ਆਪਣਾ ਜੀਵਨ ਬਤੀਤ ਕੀਤਾ, ਉਸੇ ਧਰਤੀ ਦੇ ਉੱਤੇ ਹੀ ਉਸੇ ਘਰ ਦੇ ਵਿੱਚ ਹੀ ਤਿੰਨਾਂ ਸਾਹਿਬਜ਼ਾਦਿਆਂ ਨੇ ਜਨਮ ਲੈਣਾ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸੇ ਧਰਤੀ ਦੇ ਉੱਤੇ ਜਨਮ ਲਿੱਤਾ। ਜਦੋਂ ਜਨਮ ਲੈਣ ਤੋਂ ਬਾਅਦ ਇਤਿਹਾਸਕਾਰ ਦੋ ਘਟਨਾਵਾਂ ਸਾਂਝੀਆਂ ਕਰਦੇ ਨੇ। ਜਦੋਂ ਰਿੜਨਾ ਸ਼ੁਰੂ ਹੋਏ ਨਾ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਓਗਰਾ ਖਾਇਆ ਕਰਦੇ ਸਨ। ਓਗਰਾ ਤੋਂ ਭਾਵ ਹੈ ਜਿਸ ਨੂੰ ਦਲੀਆ ਅਸੀਂ ਆਖਦੇ ਹਾਂ ਪਰ ਨਮਕੀਨ ਹੁੰਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਰੋਜ਼ਾਨਾ ਓਗਰਾ ਨਾਸ਼ਤੇ ਦੇ ਵਿੱਚ ਖਾਇਆ ਕਰਦੇ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੱਗੇ ਜਦੋਂ ਉਹ ਥਾਲ ਪਰੋਸ ਕੇ ਰੱਖਿਆ ਨਾ, ਸਵੇਰੇ ਛਕਣ ਲੱਗੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਰਿੜਦਿਆਂ ਰਿੜਦਿਆਂ ਉੱਥੇ ਪਹੁੰਚੇ ਨੇ ਤੇ ਥਾਲ ਦੇ ਵਿੱਚ ਹੱਥ ਪਾ ਕੇ ਉੱਚ ਓਗਰਾ ਕੱਢ ਕੱਢ ਕੇ ਖਿਲਾਰਦੇ ਨੇ, ਕਦੀ ਥਾਲ ਨੂੰ ਖਿੱਚਦੇ ਪਏ ਨੇ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਹਿ ਸੁਭਾਅ ਹੀ ਇਹ ਗੱਲ ਕਹਿ ਦਿੱਤੀ, ਠਹਿਰ ਜਾ, ਉਹ ਥਾਲ ਦੇ ਆ ਮਾਲਕਾ, ਇਹ ਥਾਲ ਤੈਨੂੰ ਹੀ ਮਿਲਣਾ ਹੈ, ਭਾਵ ਕਿ ਇਹ ਗੁਰਿਆਈ ਤੇਰੇ ਘਰ ਹੀ ਆਉਣੀ ਹੈ, ਤੂੰ ਅਜੇ ਰੁਕ ਜਾ, ਅਜੇ ਥੋੜੀ ਠੰਡ ਰੱਖ। ਦੂਸਰਾ ਬਚਨ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੋ ਕਿ ਘਰ ਵਿਖੇ ਉਹਨਾਂ ਦੇ ਕਮਰੇ ਵਿਖੇ, ਜਿਸ ਕਮਰੇ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਿਰਾਜਮਾਨ ਹੋਇਆ ਕਰਦੇ ਸਨ, ਪੁਰਾਣੇ ਸਮੇਂ ਤੁਸੀਂ ਦੇਖਿਆ ਹੋਵੇਗਾ ਕਿ ਲੱਕੜ ਦੇ ਦਰਵਾਜ਼ੇ ਹੋਇਆ ਕਰਦੇ ਸਨ ਤੇ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਥੋੜੇ ਵੱਡੇ ਹੋਏ ਤੇ ਸਿਰ ਲਾ ਕੇ ਤੇ ਉਹਨਾਂ ਨੇ ਲੱਕੜ ਦਾ ਦਰਵਾਜ਼ਾ ਖੋਲ ਦਿੱਤਾ ਤੇ ਖੋਲ ਕੇ ਤੇ ਉਹਨਾਂ ਦੇ ਮੰਜੇ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਲੰਘ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ, ਕਾਫੀ ਬਜ਼ੁਰਗ ਹੋ ਚੁੱਕੇ ਸਨ, ਕਹਿਣ ਲੱਗੇ ਕਿ ਇਹ ਕਿਹੜਾ ਹੈ ਜਿਹਨੇ ਸਾਡੀ ਮੰਜੀ ਹਿਲਾਈ ਤੇ ਦੌੜੀ ਆਉਂਦੀ ਹੋਈ ਬੀਬੀ ਭਾਨੀ ਨੇ ਆਣ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਚੁੱਕਿਆ ਤੇ ਉੱਥੇ ਨਾਲ ਹੀ ਇਹ ਗੱਲ ਕਹਿ ਦੇਣਾ ਕੀਤੀ। ਕਹਿਣ ਲੱਗੇ ਪਿਤਾ ਜੀ ਤੁਹਾਡਾ ਦੋਤਰਾ ਹੈ, ਕਹਿਣ ਲੱਗੇ ਭਾਰੀ ਪੁਰਖ ਹੋਵੇਗਾ। ਤੇ ਜਦੋਂ ਇਹ ਗੱਲ ਆਖੀ ਕਿ ਇਹ ਭਾਰੀ ਪੁਰਖ ਹੋਵੇਗਾ ਤੇ ਨਾਲ ਹੀ ਇਹ ਬਚਨ ਕਹਿ ਦੇਣਾ ਕੀਤੇ ਜੋ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਦੋਹਿਤਾ ਬਾਣੀ ਕਾ ਬੋਹਿਤਾ, ਕਹਿਣ ਲੱਗੇ ਕਿ ਇਹ ਸਾਡਾ ਦੋਹਿਤਾ ਬਾਣੀ ਦਾ ਬੋਹਿਤਾ ਹੋਵੇਗਾ, ਭਾਵ ਕਿ ਨਾਮ ਬਾਣੀ ਦਾ ਜਹਾਜ਼ ਤਿਆਰ ਕਰੇਗਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਕੋਲ ਨੇ, ਉਹਨਾਂ ਦੇ ਹੀ ਕਰ ਕਮਲਾਂ ਦੇ ਨਾਲ ਦੁਆਰਾ ਲਿਖਵਾਇਆ ਗਿਆ ਔਰ ਭਾਈ ਗੁਰਦਾਸ ਜੀ ਦੇ ਕਰ ਕਮਲਾਂ ਦੇ ਨਾਲ ਲਿਖਿਆ ਗਿਆ ਜੋ ਸਾਨੂੰ ਅੱਜ ਸਿਹਤ ਦਿੰਦਾ ਪਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਣੀ ਦੇ ਬੋਹਿਤ ਹੋਏ ਨੇ, ਬਾਣੀ ਦੇ ਖਜ਼ਾਨੇ ਹੋਏ ਨੇ ਤੇ ਬਾਣੀ ਦੇ ਖਜ਼ਾਨੇ ਇੰਨੇ ਕਿ ਉਹਨਾਂ ਨੇ ਉਹਨਾਂ ਦੇ ਦੁਆਰਾ 30 ਰਾਗਾਂ ਦੇ ਵਿੱਚ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਰਚਿਤ ਕੀਤੀ ਹੈ। ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਸਮਾਂ ਇਹਨਾਂ ਨੇ ਕਿ ਮੈਂ ਤੁਹਾਨੂੰ ਪੂਰਨ ਤੌਰ ਦੇ ਉੱਤੇ ਵਿਆਖਿਆ ਕਰਕੇ ਆਪ ਜੀ ਨਾਲ ਸਾਂਝ ਪਾਵਾਂ, ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਹੀ ਜੇਕਰ ਉਹਨਾਂ ਦੇ ਕਾਰ ਵਿਹਾਰ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਇਲਾਵਾ ਮਾਂ ਦੀਆਂ ਅਸੀਸਾਂ ਲੈ ਕਰਕੇ
इस जीवन की प्रारंभता की। देखो भट साहबाना ने एक गल आखना की, आखते पे ने तैं जन्मत गुरमत ब्रह्म पछाण्यो, कि तुसी जन्म तो ही गुरमत तो ही ब्रह्म की पहचान कर ली, प्रभु परमात्मा दे नाल तुहाडा मिलाप होया। ते मिलाप भी ऐसा होया कि उस प्रभु परमात्मा दे विच अभेद हो गए, ते अभेद हुए ते उन्होंने हरिमंदर की धरती की सिरजना की। इथों तक कि जदों हरिमंदर साहिब धन गुरु अमरदास जी महाराज जी दे कहण दे उत्ते धन गुरु रामदास जी महाराज जी ने चक नानकी नां दा इह जो कि नगर वसाउणा कीता, मोड़ी गड्ढणा कीती, फिर चक रामदासपुर पिया, चक रामदासपुर तो अमृतसर दे नां तब्दील होया। ते उस धरती दे उत्ते जदों सरोवर बनाउणा कीते, हरिमंदर दा सरोवर बनाया, ते इतिहासकार इत्थे इक घटना लिखदे ने कि अमृतसर जदों सरोवर तैयार कीता ना, ते सरोवर तैयार करन तो उपरंत जदों पानी पाउंदे सन ना, ते पानी रुकदा नहीं सी। हरिमंदर दे सरोवर दा जदों पानी पाउंदे सन, पानी रुकदा नहीं सी। फिर सतगुरु गुरु अमरदास जी महाराज जी दे दर दे उत्ते गए, ते इहदी जुगत पुछी, ते सच्चे पातशाह ने आख्या जिहड़ी संतोख सर दे विचों जिहड़ी मिट्टी कढ़ी है ना, ਉਹ ਮਿੱਟੀ ਲਿਆ ਕੇ ਇਹਦੇ ਵਿੱਚ ਪਾਓ। ਤਲੇ ਦੇ ਉੱਤੇ ਉਹ ਮਿੱਟੀ ਲਿਆ ਕੇ ਪਾਈ, ਉਹ ਚੀਕਣੀ ਮਿੱਟੀ ਸੀ, ਤੇ ਫਿਰ ਜਾ ਕੇ ਉਹਦੇ ਵਿੱਚ ਰੁਕਣਾ ਕੀਤਾ, ਪਾਣੀ ਰੁਕਣਾ ਉੱਥੇ ਸ਼ੁਰੂ ਹੋਇਆ। ਦੇਖੋ ਇਹ ਗੱਲ ਕੋਈ ਸਹਿਜ ਦੀ ਗੱਲ ਨਹੀਂ ਹੈ, ਇਹ ਗੱਲ ਅਧਿਆਤਮਿਕ ਤੌਰ ਦੇ ਉੱਤੇ ਵੀ ਹੈ। ਜੇਕਰ ਹਿਰਦੇ ਦੇ ਵਿੱਚ ਅੰਮ੍ਰਿਤ ਨੂੰ ਰੋਕਣਾ ਹੈ, ਤੇ ਹਿਰਦੇ ਦੇ ਵਿੱਚ ਸੰਤੋਖ ਦਾ ਤਲਾ ਭਰਨਾ ਪੈਣਾ ਹੈ। अमृत जेकर बाणी हिरदे दे विच टिकाउणी है ना, ते हिरदे दे विच संतोख भी आउणा चाहीदा। पहला संतोख होऊगा, सबर होऊगा, ते तां ही नाम दीआं बख्शिशां साडे जीवन दे अंदर टिक पाउणगीआं। जेकर थल्ला नहीं होएगा, जिन्नीआं मर्जी खूह दे विचों बाल्टियां कढ़ी जाए, एक बूंद पाणी दी बाहर नहीं आएगी। लेकिन जेकर उसे बाल्टी उसे घड़े दे थले तला होवेगा, ते बाल्टी भर भर के विचों पानी दी असी खूह दे विचों कढ़ सकदे आ। उस अमृत दी धरती दे उत्ते संतोख सर दी मिट्टी पाउणा कीते, ते बाद दे विच धन गुरु अर्जन देव जी महाराज जी ने उसे अमृत सर दे विच सरोवर, अमृत तो भाव है प्रभु परमात्मा दी मृत्यु तो परे कर देवन वाली शक्ति, ते सर तो भाव है पानी, सागर दरिया दे रूप दे अंदर सरोवर नूं साहिबा ने बनाउणा कीता, ते उसे सरोवर दे विच ही धन गुरु अर्जन देव जी महाराज जी ने हरिमंदर साहिब जी दा निर्माण धन गुरु अर्जन देव जी महाराज जी ने करना कीता। समा नहीं कि मैं सिर्फ एक घटना कह के खिमा दा जा चुकोवांगा कि गुरदेव पातशाह किन्ने को सेवा ते सिमरन ते भजन बंदगी दे पुंज सन। एक दिन काबल तो सिख संगत आई, ते सिख संगत जिन्होंने अजे तक गुरु अर्जन देव जी दर्शन नहीं सन कीते, मन दे अंदर चा सी कनेरा कि गुरु अर्जन देव जी दे दर्शन करके ही असी रुकना है। जदों काबल तो सिख संगत अमृतसर दी धरती दे उत्ते आई, ते इत्थे अमृत वेले ਜਦੋਂ ਦਿਨ ਵੇਲੇ ਪਹੁੰਚੇ, ਅੰਮ੍ਰਿਤ ਵੇਲੇ ਤੋਂ ਬਾਅਦ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨ ਤਾਰਨ ਦੀ ਧਰਤੀ ਤੇ ਚਲੇ ਜਾਇਆ ਕਰਦੇ ਸਨ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ, ਬਾਅਦ ਚ ਭੋਜਨ ਨਾਸ਼ਤਾ ਕਰਨ ਤੋਂ ਉਪਰੰਤ ਤਰਨ ਤਾਰਨ ਦੀ ਧਰਤੀ ਵਸਾਉਣਾ ਕੀਤੀ ਸੀ, ਉੱਥੇ ਸਰੋਵਰ ਬਣਾਉਣ ਵਾਸਤੇ ਜਾਇਆ ਕਰਦੇ ਸਨ, ਡੇਲੀ ਸੰਗਤਾਂ ਦੇ ਕੋਲੋਂ ਉੱਥੇ ਸੇਵਾ ਕਰਾਇਆ ਕਰਦੇ ਸਨ। ਇੱਥੇ ਬਾਬਾ ਬੁੱਢਾ ਜੀ ਨੂੰ ਸੇਵਾ ਦਿੱਤੀ ਸੀ ਕਿ ਤੁਸੀਂ ਜਿੰਨੀ ਵੀ ਸੰਗਤ ਆਓ ਉਹਨਾਂ ਨੂੰ ਉਪਦੇਸ਼ ਦੇਣਾ, ਉਹਨਾਂ ਦੀ ਸੇਵਾ ਸੰਭਾਲ ਜਾਂ ਉਹਨਾਂ ਨੂੰ ਸਹੀ ਪਾਸੇ ਲਾਉਣਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਦੇਖੋ ਬਾਬਾ ਬੁੱਢਾ ਜੀ ਇੱਕ ਐਸੀ ਸ਼ਖਸੀਅਤ ਨੇ, ਜਿਵੇਂ ਕੱਲ ਵੀ ਅਸੀਂ ਗੱਲ ਕਰ ਰਹੇ ਸਾਂ ਕਿ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਦਰਸ਼ਨ ਕੀਤੇ,
नौ पातशाहियों के दर्शन किए। तो धन बाबा बुढ़ा जी ऐसे ने जिन्हों ने छे पातशाहियों अपने कर कमलों के नाल छे पातशाहियों के विचों पांच पातशाहियों गुरियाई की बख्शिश की। तो बाबा बुढ़ा जी ने यह सेवा दी, दरबार साहब के मुख ग्रंथी वजों भी बाबा बुढ़ा साहेब जी ने सेवा दी सी। बाबा बुढ़ा जी सारी सेवा संभाल कराउंदे। ये काबुल तो सिख संगत जिहड़ियां आईयां इन्होंने आख्या कि असीं सब तो पहलां गुरु अर्जन देव जी दर्शन करने ने। इन्होंने आण के पुछ की, धन गुरु अर्जन देव जी कित्थे ने, असीं उन्हां दे दर्शन करने ने। बाबा बुढ़ा जी हुरां ने आखणा कीता कि गुरदेव पातशाह ते इस वक्त तरन तारण की धरती दे उत्ते गए ने, तुसीं शामां नूं उन्हां ने आ जाणा है, तुसीं उन्हां दे दर्शन कर लैणा। ये बड़े चाहवान सन कि असी सतगुरु दे दर्शन करने करने। ये रुके नहीं, फिर इन्हां समान चुकिया, पैदल उदों तुर के जाते सन, इन्हां पैदल समान चुकिया ते शामां पैंदियां पैंदियां तक तरन तारण की धरती ते पहुंच गए। उधरों गुरु अर्जन देव जी शामां नूं वापस हरिमंदर की धरती दे उत्ते गुरु के महल विखे आ जाया करते सन। जदों अमृत शामां वेले इत्थे आ गए ते बाबा बुढ़ा जी ने गुरसिखां ने दस देना कीता, सचे पातशाह इस तरीके नाल काबुल तो सिख संगत आई है, वह दर्शन करने वास्ते तुहाडे कोल असी भेजना कीते ने। असी बथेरा उन्हां नूं रोकिया कि रुक जाओ, पर नहीं रुके, वह दर्शन आते ने तुहाडे करने ही करने ने। उधर हनेरा हो गया, असी वापस उन्हां को पहुंचे नहीं सी जाना। वह आंदे भी चलो, उन्होंने आपस में आख्या कि सलाह की कि गुरु पातशाह ने सवेरे आना ही है, उन्होंने दर्शन असी सवेरे कर लवेंगे, इत ही रुक जाने हूँ, जेकर वापस से जाया नहीं जाना, हनेरा हो गया है। उधर दूसरे पासे धन गुरु अर्जन देव जी ने जो ये गल का पता लगा, उन्होंने माता गंगा जी ने आख्या कि प्रशादे तैयार करवाओ। प्रशादे तैयार किए, लंगर लिया, माता गंगा जी ने धन गुरु अर्जन देव जी महाराज जी ने अपने नाल लिया, ते आप रथ ते सवार हो के सचे पातशाह माता गंगा जी तरन तारण की धरती दे उत्ते गए। जाके सारिया नू लंगर प्रशादा छकाया, इन्हां नू नहीं सी पता कि गुरु अर्जन देव जी ने, सारिया ने लंगर प्रशादा छकिया। फिर माता जी बुजुर्ग मातावां जिहड़ियां सन उन्हां दे पैर भी घुटे, धन गुरु अर्जन देव जी महाराज जी ने उन्हां दे पैर घुटे, पैर दबाए, लत्तां दबाइयां, क्योंकि पैदल सफर करके आए सन, लत्तां थकियां सन। सारी रात पखा झलण की सेवा भी की, जो रात सेवा करदे करदे गुजार दिती। जो अमृत वेला होया ना, तो इन्होंने आख्या कि चलो गुरु अर्जन देव जी के दर्शन करदे असी हरिमंदर की धरती से जाने। धन गुरु अर्जन देव जी ने किसी ने यह नहीं आख्या कि मैं गुरु अर्जन देव जी हाँ, आप भी नाल नाल अपने रथ दे विच सारिआं दा समान रखिया ते नाल नाल हरिमंदर की धरती वल नूं चाले पा दित्ते। हरिमंदर की धरती के उत्ते जदों पहुंचे ते जिहड़ियां गठड़ियां सन ते जोड़ियां दे कोल जदों खड़न दी गल कीती, आंदे भी हरेक ने आख्या कि मैं गुरु अर्जन देव जी दे दर्शन पहलां करने ने। कोई भी समान दे कोल जां जोड़ियां दे उत्ते खड़न नूं तैयार नहीं सी। धन गुरु अर्जन देव जी कहण लगे, तुसीं इदां करो, तुसीं दर्शन कर आओ, मैं जोड़ियां ते खड़ जाना। उन्होंने सोचा ये बड़ा गुरसिख सेवा वाला है, रात भी सेवा की है, विश्वास पात्र है, साड़ा नुकसान नहीं होंदा, जोड़ियां ते आपे खड़ जाएंगे, कोई गल नहीं, साड़े जोड़े ठीक रहेंगे, संभाले रहेंगे। धन गुरु अर्जन देव जी महाराज जी जोड़ियां दे विच खलोते ने, माता गंगा जी ते धन गुरु अर्जन देव जी महाराज जी, ये सारे गुरसिख गए ने हरिमंदर सरोवर दे विचों, मूंह हाथ धोता है ते इशनान कीता, हरिमंदर की धरती मथा टेकिया, ते अगे बाबा बुढ़ा जी फिर बैठे सन। ते बाबा बुढ़ा जी पुछ कीती कि सचे पातशाह जी किथे ने, कहण लगे भोलियो, जिन्हां नूं तुसीं जोड़ियां दे उत्ते खड़े करके आए हो, जिन्हां ने तुहानूं लंगर प्रशादा छकाया रात नूं, जिन्हां ने तुहाडी सेवा कीती, उही ते धन गुरु अर्जन देव जी सन। जदों इह गल सुनी ते नठे गए सारे ने, जाके माफिया मंगिया ते आखिर सतगुरा ने अपने गलवकड़ी दे विच लैंदिया होया सारे नूं आख्या कि तुहानूं निराश होण दी जां झुकण दी लोड़ नहीं,
गुरु ते शरदा भावना दा भुखा है। गुरु दे दर दे उत्ते जड़ा एक कदम भी चल के आंदा गुरु दे दर दे उत्ते प्रवान। गुरु दे दर ते भाई साहब भाई गुरदास जी ने इसे गल नूं देखदे होया बचन आखना कि चरण शरण गुर एक पेंडा जाए चल सत गुर कोट पेंडा आगे होए लेत है। देखो इतिहास गुरबाणी घटनावां साडे कोल सारा कुछ है, बस उस नूं पढ़न दी लोड़ है, गुरु दे बचनां अनुसार चलण दी लोड़ है। असीं वी वध तों वध अज धन गुरु अर्जन देव जी महाराज जी दा प्रकाश दिहाड़ा है, अपने जीवन दे अंदर कोशिश करिए वध तों वध सेवा सिमरन वध तों वध निम्रता हलीमी साडे जीवन दे विच आवे तां कि असीं सतगुरां दे दसे हुए रस्ते दे अनुसार चल करके मालक दे दर दे उत्ते प्रवान हो सकीए। सो इनियां बेनतियां करदिआं होइआं खिमां दा जाचक हाँ, विचार करदिआं होइआं अनेकां पुलां चुकां हुंदिआं ने, गुरु ते संगत बख्शण योग है, पुल चुक दी खिमां। वाहिगुरु जी का खालसा वाहिगुरु जी की फतेह। रामकली महला तीजा आनंद एक ओंकार सतगुरु प्रसाद। आनंद पया मेरी माँ ए सतगुरु मैं पाया सतगुरता पाया सह सि मन वजियां वाधाइयां राग रतन परिवार परियां शब्द गावने आईयां शब्दों ता गाओ हरि केरा मन जनी वसाया कहे नानक आनंद हुआ सतगुरु मैं पाया ए मन।